ਪਰ ਮੈਂ ਇੱਕ ਚੀਜ਼ ਸਿੱਖੀ ਹੈ, ਹਮੇਸ਼ਾ ਪ੍ਰੋਬਲਮ ਕੋਈ ਵੀ ਆਉਂਦੀ ਰਹੇ ਨਾ, ਆ ਰੂਲ ਰਾਜ ਚੇਂਜ ਹੋਣਾ, ਜਿਹੜਾ ਛੋਟੀਆਂ ਪ੍ਰੋਬਲਮਾਂ ਨੇ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮ ਆਉਂਦੀ ਜ਼ਿੰਦਗੀ ਦੇ ਵਿੱਚ, ਹੈ ਨਾ। ਪ੍ਰੋਬਲਮ ਚਾਹੇ ਕਿੱਡੀ ਵੀ ਵੱਡੀ ਹੋਵੇ, ਤੁਹਾਡਾ ਜਿਹੜਾ ਐਟੀਟਿਊਡ ਹੈ ਨਾ, ਹਮੇਸ਼ਾ ਪੋਜ਼ਿਟਿਵ, ਸਿੰਘ ਦੀ ਘੋੜੀ ਵਾਂਗੂ ਐਂ ਤਣਿਆ ਹੋਇਆ। ਜੇ ਤੁਸੀਂ ਪੋਜ਼ਿਟਿਵ ਤੋਂ ਨੈਗੇਟਿਵ ਹੋਵੋਗੇ, ਤੁਸੀਂ ਪਹਿਲਾਂ ਹੀ ਮਰ ਗਏ ਪ੍ਰੋਬਲਮ ਤੋਂ, ਠੀਕ ਹੈ ਨਾ। ਮੈਂ ਇਹ ਚੀਜ਼ ਬੜੇ ਧੱਕੇ ਖਾ ਕੇ ਸਿੱਖੀ ਹੈ, ਨੀਵੀਂ ਪਾਈ ਵਾਲੇ ਬੰਦੇ ਨੂੰ ਲੋਕ ਜਿਉਂ ਨਹੀਂ ਦਿੰਦੇ। ਜਿਹੜੇ ਆਪਣੇ ਨੇ, ਜਿਹੜੇ ਆਪਦੇ ਨੇ, ਉਹਨਾਂ ਖਾਤਰ ਸਿਰ ਝੁਕਾਓ। ਜਿਹੜਾ ਸਾਡੇ ਦੇ ਸਰੀਰ ਬਣਾਈ ਕਰਦਾ ਉਹਨੂੰ ਜਮਨ ਸਿੱਧੇ ਹੋ ਜਾਏ, ਫਿਰ ਹੀ ਟਾਈਮ ਪਾਸ ਹੁੰਦਾ। ਇਹ ਦੁਨੀਆ ਸਰਬ ਬੰਦਿਆਂ ਲਈ ਨਹੀਂ ਹੈਗੀ, ਸਿੱਖ ਲਓ ਇਹ ਚੀਜ਼ ਮਿਲਾ ਦੇ, ਹੈ ਨਾ। ਐਟੀਟਿਊਡ ਪੋਜ਼ਿਟਿਵ ਰਹੂਗਾ ਤਾਂ ਤੁਹਾਨੂੰ ਤਾਰ ਦੂਗਾ, ਨੈਗੇਟਿਵ ਰਹੂਗਾ ਤਾਂ ਮਾਰ ਦੂਗਾ, ਠੀਕ ਹੈ ਨਾ ਮੇਰਾ ਵੀਰੋ। ਸਾਰਿਆਂ ਲਈ ਪਿਆਰ ਆਦਰ ਬਰਕਰਾਰ ਰੱਖਣਾ। ਜੇ ਕੋਈ ਤੁਹਾਡੇ ਫਿਰ ਜੇ ਕਰਦਾ, ਫਿਰ ਜਮਾਂ ਉੱਥੋਂ ਉੱਥੋਂ ਵਾਲੀ ਕੱਢੀ, ਇੱਥੋਂ ਵਾਲੀ ਨਹੀਂ ਸੁਣਦੀ।